ਮੈਂ ਸਿੰਧ ਇੱਥੇ ਪਲੇਅ ਕਰ ਰਿਹਾ ਜੀ ਇੱਕ ਉਹੋ ਜਿਹਾ ਕਿਰਦਾਰ ਜੋ ਨਸ਼ਿਆਂ ਦੀ ਦੌੜ ਦੇ ਵਿੱਚ ਭੱਜ ਚੁੱਕਾ ਅਤੇ ਆਪਣੇ ਆਪ ਨੂੰ ਬਾਹਰ ਕੱਢਣਾ ਚਾਹੁੰਦਾ ਅਤੇ ਕੋਸ਼ਿਸ਼ ਕਰ ਰਿਹਾ ਵੀ ਮੈਂ ਸ਼ਾਇਦ ਨਿਕਲ ਆਊਂਗਾ ਆਪਣੇ ਪਰਿਵਾਰ ਨੂੰ ਆਪਣੇ ਹੱਥੀਂ ਤੋਰ ਕੇ। ਫਿਰ ਵੀ ਇੱਕ ਜ਼ਿੰਦਗੀ 'ਚ ਉਹਦੇ ਯਾਰਾਂ ਨੇ ਇੱਕ ਉਮੀਦ ਜਗਾਈ ਆ ਅਤੇ ਉਹ ਕਾਮਯਾਬ ਹੋਇਆ ਤਾਂ ਜ਼ਿੰਦਗੀ ਜ਼ਿੰਦਾਬਾਦ। ਭਾਅ ਜੀ ਮੈਂ ਇੱਕ ਚੰਗਾ ਬੰਦਾ ਹੀ ਪਛਾਣਿਆ ਜਾਵਾਂ, ਬਹੁਤ ਵੱਡੀ ਗੱਲ ਆ ਮੇਰੇ ਵਾਸਤੇ। ਜਦੋਂ ਕਰੈਕਟਰ ਨੂੰ ਤੁਸੀਂ ਕਿਸੇ ਚੀਜ਼ ਨੂੰ ਦੇਖਣ ਜਾਂਦੇ ਹੋ ਆਪਣੀ ਸਿਲਵਰ ਸਕਰੀਨ ਦੇ ਉੱਤੇ, ਤਾਂ ਮੇਰੇ ਹਿਸਾਬ ਨਾਲ ਵੀ ਜੇ ਤੁਹਾਨੂੰ ਉਹ ਪਸੰਦ ਹੈ ਤਾਂ ਉਹਦੀ ਦੁਬਾਰਾ ਰਿਪੀਟ ਹੁੰਦਾ ਉਹ ਚੀਜ਼। ਅਤੇ ਮੈਂ ਅੱਜ ਤੱਕ ਜਿੰਨਾ ਕੁ ਕੰਮ ਕੀਤਾ ਮੈਨੂੰ ਬਹੁਤ ਸਪੋਰਟ ਮਿਲੀ ਆ, ਔਰ ਮੇਰਾ ਬੇਸਿਕਲੀ ਜਿੱਥੋਂ ਮੈਂ ਨਿਕਲਿਆ ਜੋ ਹੈ ਉਹ ਮੇਰੀ ਸਿੰਗਿੰਗ ਆ। ਮੈਂ ਐਜ਼ ਐਨ ਸਿੰਗਰ ਹੀ ਪਛਾਣਿਆ ਜਾਵਾਂ, ਉਹ ਮੇਰੇ ਲਈ ਜ਼ਿਆਦਾ ਵਧੀਆ ਰਹੂਗਾ ਹਮੇਸ਼ਾ ਲਈ। ਇਹ ਇੱਕ ਇਹ ਆ ਵੀ ਇੱਕ ਸਾਨੂੰ ਬੋਨਸ ਹੈ ਸਾਡੀ ਇਸ ਇੰਡਸਟਰੀ ਦਾ ਵੀ ਸਾਨੂੰ ਮੌਕਾ ਮਿਲ ਰਿਹਾ, ਔਰ ਯੂਥ ਫੈਸਟੀਵਲਸ ਨੇ ਸਾਨੂੰ ਕਾਲਜਸ ਟਾਈਮ ਬਹੁਤ ਜ਼ਿਆਦਾ ਸਪੋਰਟ ਕੀਤੀ, ਉਦੋਂ ਨਾਟਕ ਪਲੇ ਕੀਤੇ ਨੇ ਤਾਂ ਕੁਛ ਚੀਜ਼ਾਂ ਸਾਨੂੰ ਉਦੋਂ ਦੀਆਂ ਕੀਤੀਆਂ ਸਾਨੂੰ ਅੱਜ ਸਪੋਰਟ ਕਰ ਰਹੀਆਂ ਨੇ। ਅਤੇ ਇਹਦੇ ਲਈ ਮੈਂ ਆਪਣੇ ਸਾਰੀ ਜਿਹੜੇ ਮੇਰੇ ਨਾਲ ਕੁਲੀਗ ਸੀਗੇ ਉਸ ਟਾਈਮ ਦੇ ਵਿੱਚ ਸਾਰਿਆਂ ਦਾ ਥੈਂਕਸ ਕਰਦਾ, ਜਿਹਨਾਂ ਕਰਕੇ ਮੈਂ ਅੱਜ ਬੈਠਾ। ਰਿਆਜ਼ ਭਾਜੀ, ਟੂ ਬੀ ਓਨੈਸਟ, ਮੈਂ ਜੇ ਗੱਲ ਕਰਾਂ ਤਾਂ ਜਿਹੜਾ ਸਟੇਜ 'ਤੇ ਜਾਂ ਗੱਡੀ ਦੇ ਵਿੱਚ ਜੋ ਵੀ ਚੰਗੇ ਮਿਊਜ਼ਿਕ ਨੂੰ ਸੁਣ ਕੇ ਜੋ ਚੀਜ਼ਾਂ ਨਾਲ ਦੀ ਨਾਲ ਕੈਰੀ ਕਰ ਸਕਦਾ, ਮੈਂ ਉਹ ਚੀਜ਼ ਨੂੰ ਜ਼ਰੂਰ ਕੈਰੀ ਕਰਦਾ ਹੁੰਦਾ। ਅਤੇ ਆਪਣੀ ਬੈਂਡ ਰਿਹਰਸਲਸ ਹੁੰਦੀਆਂ ਨੇ ਅਤੇ ਇੱਦਾਂ ਹੀ ਦਿਨ ਲੰਘ ਜਾਂਦਾ।